ਸ਼ਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਮੇਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਹਾਂਜੀ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅੰਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9878390942 ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਉਸ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਜਾਣਕਾਰੀ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਤੇ ਜੇ ਕੋਈ ਵੀ ਮਸ਼ੀਨਰੀ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਸੰਨਾਲੀ ਦੱਸਿਆ ਕਰੋ ਉਹਨਾਂ ਕਰੀਟ ਦੱਸਿਆ ਕਰੋ ਜਿੰਨੇ ਕਿ ਦੀ ਮਸ਼ੀਨਰੀ ਹੋਵੇ ਜੇ ਕੋਈ ਰੇਟ ਜ਼ਿਆਦਾ ਦੱਸੂਗਾ ਆਪਾਂ ਉਸ ਦੀ ਐਡ ਆਪਣੇ ਚੈਨਲ ਤੇ ਨਹੀਂ ਕਰਨੀ ਜੇ ਕੁਝ ਕਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਿ ਮਸ਼ੀਨਰੀ ਦਾ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਚੀਜ਼ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋ ਹੀ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਨ ਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਥੈਂਕ ਯੂ ਵੀਰੇ ਅੱਜ ਆਪਣੇ ਕੋਲ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਪਤਾ ਦਿੱਲੀ ਲੈ ਕੇ ਆਏ ਆ ਇਲੈਕਟਰਾ ਬੁਲਟ ਹੈ ਪੁਠੇਗਿਰ ਵਾਲਾ ਮਹਿੰਦਰਾ ਸਕੋਰਪਿਓ ਗੱਡੀ ਹੈ ਅਰਜਨ ਨੋਵੋਸ ਐਸਓਪੀ ਡੀਆਈ ਟਰੈਕਟਰ ਹੈ 14 ਫੁੱਟ ਡਬਲ ਲਿਫਟ ਮਪ ਵਾਲੀ ਟਰਾਲੀ ਹੈ ਸੋਨਲੀ ਦਾ 750 ਡੀਆਈ ਟਰੈਕਟਰ ਹੈ ਤੇ ਮਹਿੰਦਰਾ 265 ਡੀਆਈ ਟਰੈਕਟਰ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰਾਇਲਨ ਫੀਲਡ ਇਲੈਕਟਰਾ ਪੁਠੇਗੀਰ ਵਾਲੇ ਬੁਲਟ ਦੀ 2006 ਮਾਡਲ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਦਾ ਜੋ ਏਰੀਆ ਹੈ ਉਹ ਬਰਨਾਲਾ ਏਰੀਆ ਹੈ ਜਿੱਥੇ ਮੋਟਰਸਾਈਕਲ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਮਾਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਆਲ オリジナル ਮੋਟਰਸਾਈਕਲ ਹੈ ਸਾਰੇ ਰੰਗ ਪਿੰਟ ਮੋਟਰਸਾਈਕਲ ਦਾ ਨਾਲ ਦਾ ਹੈ ਕਿਤੋਂ ਵੀ ਮੋਟਰਸਾਈਕਲ ਨੂੰ ਦੁਬਾਰਾ ਰੰਗ ਪਿੰਟ ਨਹੀਂ ਹੋਇਆ ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਵਿੱਚ ਰੰਗ ਪਿੰਟ ਪਿਆ ਕੋਈ ਕਮੀ ਪੇਸ਼ੀ ਨਹੀਂ ਤੇ ਮੋਟਰਸਾਈਕਲ ਦੇ ਜੋ ਟਾਇਰ ਨੇ 75 80 ਪੈਸੇ ਮੋਟਰਸਾਈਕਲ ਦੇ ਟਾਇਰ ਪਏ ਆ ਦੋਵੇਂ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਤੇ ਦੋਵੇਂ ਟਾਇਰਾਂ ਤੇ ਲਵਾਈ ਬਿਜ ਲੱਗੇ ਹੋਏ ਨੇ ਬਾਕੀ ਵੀਰੇ ਇੰਜਨ ਗੇਅਰ ਦਾ ਮੋਟਰਸਾਈਕਲ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਮੋਟਰਸਾਈਕਲ ਦੀ ਪੂਰੀ ਫੁੱਲ ਗਾਰੰਟੀ ਹੈ ਸਰਵਸ ਮਾਲਕ ਵੀਰਾਂ ਨੇ ਕਰਵਾਈ ਹੋਈ ਹੈ ਕੋਈ ਕਮੀ ਪੇਸ਼ੀ ਨਹੀਂ ਬਾਕੀ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਚੱਲਦਾ ਹੈ ਮੋਟਰਸਾਈਕਲ ਲੈਣ ਸਮੇਂ ਤੁਸੀਂ ਮੋਟਰਸਾਈਕਲ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 85000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 94799 86881 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਮੋਟਰਸਾਈਕਲ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਸੋਨਾਲੀਕਾ 750 DI ਟਰੈਕਟਰ ਦੀ 2001 ਮਾਡਲ ਟਰੈਕਟਰ ਹੈ। ਟਰੈਕਟਰ ਦਾ ਜੋ ਏਰੀਆ ਹੈ ਉਹ ਸੰਗਰੂਰ ਏਰੀਆ ਹੈ ਪਿੰਡ ਦੁੱਗਾ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਆਲ オリジナル ਟਰੈਕਟਰ ਹੈ। ਬਾਡੀ ਚ ਅਸਲੀ ਲਿੰਕਾਂ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ। ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਹੋਇਆ। ਕੋਈ ਡੈਮੇਜ ਨਹੀਂ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ ਪਿਛਲੇ ਟਾਇਰ 40 ਪੈਸੇ ਹੈ ਤੇ ਅਗਲੇ ਟਾਇਰ 75 ਪੈਸੇ ਨੇ ਸਾਫ਼ ਸੁਥਰੇ ਬਿਲਕੁਲ ਬੇਦਗ ਟਾਇਰ ਪਏ ਹੈ ਕਿਤੇ ਕੋਈ ਕੱਟ ਵਗੈਰਾ ਨਹੀਂ ਬਾਕੀ ਪੰਜਾਬ ਨੰਬਰ ਟਰੈਕਟਰ ਹੈ ਤੇ ਟਰੈਕਟਰ ਦੇ ਬੰਪਰ ਤੇ LED ਲਾਈਟ ਲੱਗੀ ਹੋਈ ਹੈ ਟਰੈਕਟਰ ਡਬਲ ਕਲਚ ਸਿੰਪਲ ਸਟੀਅਰਿੰਗ ਸੈਂਟਰ ਗੇਅਰ ਤੇ ਔਇਲ ਬ੍ਰੇਕਸ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਬਲੋ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਲੈਂਡਸ ਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖਿਆ 265000 ਰੁਪਏ ਬਾਕੀ ਮੌਕੇ ਦੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 95015 32393 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਤੈਂਕ ਯੂ ਬਰੇ ਹੁਣ ਗੱਲ ਕਰਦੇ ਆ ਜੀ 14 ਬਾਏ 7 ਦੀ ਡਬਲ ਲਿਫਟ ਪੰਪ ਵਾਲੀ ਟਰਾਲੀ ਦੀ 2020 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਗੁਰਦਾਸਪੁਰ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਮ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਿੱਟ ਦੇ ਵੀਰੇ ਹੜੰਬੇ ਵਾਲੀ ਜਾਲੀ ਲੱਗੀ ਹੋਈ ਹੈ ਬਾਕੀ نیچے ਤੁਸੀਂ ਦੇਖ ਸਕਦੇ ਹੋ ਡਬਲ ਲਿਫਟ ਪੰਪ ਲੱਗਿਆ ਹੋਇਆ ਹੈ ਟਰਾਲੀ ਦੇ ਜੋ ਟਾਇਰ ਨੇ 70 ਪੈਂਸੇ ਟਰਾਲੀ ਦੇ ਟਾਇਰ ਹੈ ਚਾਰੇ ਤਰ੍ਹਾਂ ਦੀ ਸਿਮ ਕੰਡੀਸ਼ਨ ਹੈ ਤੇ ਚਾਰੇ ਟੈਰੀ ਐਮ ਆਰ ਐਫ ਦੇ ਨੇ ਡਬਲ ਟੈਰੀ ਟਰਾਲੀ ਹੈ ਤੇ ਟਰਾਲੀ ਦੇ ਵੀਰੇ 10 ਨਟੀ ਚਾਸੀ ਲੱਗੀ ਹੋਈ ਹੈ ਤੇ 20 22 ਦੇ 베어ਿੰਗ ਲੱਗੇ ਹੋਏ ਨੇ 10 ਨਟੇ ਰਿੰਬ ਹੈ ਬਾਕੀ ਵੀਰੇ ਚਾਸੀ 'ਚ ਹੈਵੀ ਪਲੇਟਾਂ ਲੱਗੀਆਂ ਹੋਈਆਂ ਨੇ ਕੋਈ ਕਮੀ ਪੇਸ਼ੀ ਨਹੀਂ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਇਕਦਮ ਹੈਵੀ ਲੋਹੇ ਦੀ ਟਰਾਲੀ ਬਣੀ ਹੋਈ ਹੈ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਵਰ ਰੱਖਿਆ 1,85,000 ਰੁਪਏ। ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 77107 44782 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ Mahindra 265 DI ਟਰੈਕਟਰ ਦੀ 1998 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਰੋਪੜ ਏਰੀਆ ਜਿੱਥੇ ਟਰੈਕਟਰ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਵੀਰੇ ਪਿੱਛੇ ਮਿਊਜ਼ਿਕ ਤੇ ਫਾਈਬਰ ਹੱਡ ਬਿਲਕੁਲ ਨਵਾਂ ਲੱਗਿਆ ਹੋਇਆ ਹੈ ਇਹ ਦੋਨੇ ਚੀਜ਼ਾਂ ਬਿਲਕੁਲ ਨਵੀਆਂ ਲੱਗੀਆਂ ਹੋਈਆਂ ਨੇ ਬਾਕੀ ਆਲ オリジナル ਟਰੈਕਟਰ ਹੈ ਬਾਡੀ ਜਾਸੇ ਲਿੰਕ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਟ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਵਿੱਚ ਰੰਗ ਪੇਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ 40 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਸਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਸਾਫ਼ ਸੁਥਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਨੇ ਟਰੈਕਟਰ ਸਿੰਗਲ ਕਲੱਚ ਸਿੰਪਲ ਸਟੀਅਰਿੰਗ ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਲੈਂਡਸ 'ਮੇ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2 ਲੱਖ 20 ਹਜ਼ਾਰ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98799 38735 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ Mahindra Scorpio S10 ਦਿਖਾ ਰਹੇ ਹਾਂ ਆਪਾਂ ਤੁਹਾਨੂੰ 2016 ਮਾਡਲ ਗੱਡੀ ਹੈ ਤੇ ਗੱਡੀ ਦਾ ਜੋ ਏਰੀਆ ਹੈ ਉਹ ਬਰਨਾਲਾ ਏਰੀਆ ਹੈ ਪਿੰਡ ਹਰੀਗੜ੍ਹ 2012 ਦੇ ਦਸੰਬਰ ਮਹੀਨੇ ਵਿੱਚ ਗੱਡੀ ਆਈ ਹੋਈ ਹੈ ਬਿਲਕੁਲ ਲਾਸਟ ਦੇ ਵਿੱਚ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ স্ক্রিন ਤੇ ਸ਼ੋ ਹੋ ਰਹੀਆਂ ਨੇ ਆਲ ओरिजिनल ਗੱਡੀ ਹੈ ਬਾਕੀ ਸਾਰਾ ਰੰਗ ਪੇਂਟ ਗੱਡੀ ਦਾ ਨਾਲ ਦਾ ਹੈ ਕਿਤੇ ਵੀ ਰੰਗ ਪੇਂਟ ਲਿਆ ਨਹੀਂ ਹੋਇਆ ਕਿਤੇ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦਾ ਇੰਟੀਰੀਅਰ ਲੱਗਿਆ ਹੋਇਆ ਹੈ ਨਾਲ ਦੀ ਸੀਟ ਕਵਰ ਜਨੇ एकदम ਸਾਫ਼ ਸੁਥਰੇ ਸੀਟ ਕਵਰ ਪਏ ਹੈ ਕਿੱਦੋਂ ਵੀ ਕੋਈ ਸੀਟ ਕਵਰ ਫਟਿਆ ਵਗੈਰਾ ਨਹੀਂ ਹੋਇਆ ਤੇ ਨੀਚੇ ਵਧੀਆ ਇਕਦਮ ਸਾਫ਼ ਮੈਟਿੰਗ ਪਈ ਹੈ। ਗੱਡੀ ਪਾਵਰ ਬ੍ਰੇਕ, ਪਾਵਰ ਵਿੰਡੋਜ਼ ਤੇ ਪਾਵਰ ਸਟੀਅਰਿੰਗ ਦੇ ਨਾਲ ਹੈ। ਬਾਕੀ ਏਸੀ ਹੀਟਰ ਗੱਡੀ ਦਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਕੋਈ ਕਮੀ ਪੇਸ਼ੀ ਨਹੀਂ। 90000 ਕਿਲੋਮੀਟਰ ਗੱਡੀ ਚੱਲੀ ਹੋਈ ਹੈ। ਇਕਦਮ ਨਵੀਂ ਗੱਡੀ ਹੈ। ਸ਼ੋਅਰੂਮ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੈ। ਤੇ ਗੱਡੀ ਦੇ ਜੋ ਟਾਇਰ ਨੇ ਚਾਰੇ ਟਾਇਰ ਹੀ ਮਾਲਕ ਵੀਰ ਨੇ ਬਿਲਕੁਲ ਨਵੇਂ ਪਵਾਏ ਹੋਏ ਆ। ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ। ਤੇ ਚਾਰੇ ਟਾਇਰਾਂ ਦੇ ਨਾਲ ਦੇ ਬੀਜ ਲੱਗੇ ਹੋਏ ਨੇ ਗੱਡੀ ਲੈਨਸ ਵਿੱਚ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰਾਂ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 12 ਲੱਖ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98150 25264 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਗੱਡੀ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਅਰਜਨ ਨੋਵੋਸ 105 DI ਟਰੈਕਟਰ ਦੀ 2017 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਬਰਨਾਲਾ ਏਰੀਆ ਹੈ ਪਿੰਡ ਹਰੀਗੜ। ਤੇ ਇਹ ਟਰੈਕਟਰ ਵੀ ਇਨ੍ਹਾਂ ਵੀਰਾਂ ਕੋਲ ਪਕਾਊਗਾ। ਜਿਨ੍ਹਾਂ ਵੀਰਾਂ ਕੋਲ ਸਕੋਰਪਿਓ ਗੱਡੀ ਪਕਾਊਗਾ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਮ ਸਕਰੀਨ ਤੇ ਸ਼ੋਹ ਹੋ ਰਹੀਆਂ ਨੇ ਆਲ ओरिजिनल ਟਰੈਕਟਰ ਹੈ ਬਾਡੀ ਚ ਅਸੀਂ ਲਿੰਕਨ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ਼ ਸੁਥਰਾ ਵਧੀਆ ਸ਼ਾਇਨਿਕ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ 80 ਪੈਸੇ ਟਰੈਕਟਰ ਦੇ ਟਾਇਰ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਸਾਫ਼ ਸੁਥਰੇ ਬਿਲਕੁਲ ਬੇਦਾਗ ਟਾਇਰ ਪਏ ਹੈ ਤੇ ਟਰੈਕਟਰ 807 ਘੰਟੇ ਚੱਲਿਆ ਹੋਇਆ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਰਿਵਰਸ ਸਪੀਡ ਦੇ ਨਾਲ ਹੈ ਸਿਰਫ ਖੇਤੀ ਦੀ ਟਰੈਕਟਰ ਨੂੰ ਯੂਜ਼ ਕੀਤਾ ਗਿਆ ਹੈ ਕੋਈ ਕਮੀ ਪੇਸ਼ੀ ਨਹੀਂ ਬਾਕੀ ਇੰਜਨ ਗੇਅਰ ਦਾ ਟਰੈਕਟਰ ਇੱਕਦਮ ਸੀਲਡ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਟਰੈਕਟਰ ਲੈਂਡਸ ਵਿੱਚ ਤੁਸੀਂ ਬਾਹਰ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖਿਆ 665000 ਰੁਪਏ ਫਿਕਸ ਪ੍ਰਾਈਸ ਰੱਖਿਆ ਹੈ ਮੌਕੇ ਦੇ ਲੈਸ ਨਹੀਂ ਹੋਵੇਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 98150 25264 ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਤੇ ਇੱਕ ਵੀਰੇ ਕੋਈ ਵੀ ਮਸ਼ੀਨਰੀ ਖਰੀਦਣ ਸਮੇ ਕਾਗਜ਼ ਪੱਤਰ ਜਰੂਰ ਚੈੱਕ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਟਿੱਕਤ ਨਾ ਆ ਸਕੇ ਤੇ ਇੱਕ ਸਾਰੇ ਵੀਰਾਂ ਨੂੰ ਹੋਰ ਰਿਕਵੈਸਟ ਹੈ ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋ ਮੈਨ ਸੈਂਡ ਕਰਦੇ ਆ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜਰੂਰ ਦੱਸਦਿਆ ਕਰਨਾ ਜੇਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਡੀਲਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦਵਾਲ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲਦਵਾਲ ਸੇਲ ਹੋ ਸਕੇ ਤੇ ਜਿੰਨਾਂ ਵੀਰਾਂ ਨੇ ਆਪਣਾ ਚੈਨਜ ਅਟਾ ਟ੍ਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆਂ ਜੇ ਸਨੁ ਤੁਸੀ ਆਰੋ ਹੀ ਦੇਖ ਸਕਾ ਤੇ ਮੈਸਾ ਨਾ ਕਰ ਸਕਾ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਤੇ ਜੁੜੇ ਰਹੋ ਆਪਣੇ ਚੰਗੇ ਟਾਂ ਟ੍ਰੈਕਟਰ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ